समय-समय दी सरकार दी गलत नीतियां दे चलदे पंजाब दी सड़कां ते लगाए गए टोल प्लाजा सिर्फ लोकां दी लुट दे अड्डे बन के रह गए हन। जबकि टोल प्लाजा प्रबंधक कीते गए समझौते दे मुताबिक लोकां नूं बंदी सुविधावां देण विच असमर्थ नजर आ रहे हन। संगरूर बठिंडा मुख मार्ग ते पिंड बड़बड़ दे कोल टोल प्लाजा वालियां दे कोल तां मौजूद एंबुलेंस भी सड़कां ते चलण दे काबिल नहीं है। इस गल दा प्रगटावा संगरूर दे लोकसभा सांसद भगवंत मान ने लोकां दी शिकायत तों बाद बड़बड़ टोल प्लाजा दा जायजा लैण दे मौके ते कीता ਅਤੇ ਟੋਲ ਪਲਾਜ਼ਾ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਤੇ ਬਲ ਦਿੱਤਾ। ਅੱਜ ਕੱਲ ਲੋਕੀ ਬੜੇ ਇਸ ਗੱਲ ਤੋਂ ਦੁਖੀ ਨੇ ਕਿ ਜਗ੍ਹਾ ਜਗ੍ਹਾ ਤੇ ਟੋਲ ਪਲਾਜ਼ੇ ਲੱਗ ਰਹੇ ਨੇ, ਚਾਹੇ ਉਹ ਪਿਛਲੀ ਸਰਕਾਰ ਸੜਕਾਂ ਵੇਚ ਗਈ ਪ੍ਰਾਈਵੇਟ ਕੰਪਨੀਆਂ ਨੂੰ, ਚਾਹੇ ਹੁਣ ਵਾਲੀ ਸਰਕਾਰ ਲਾ ਰਹੀ ਹੈ। ਸੋ ਲੋਕ ਟੈਕਸਾਂ ਤੋਂ ਦੁਖੀ ਨੇ, ਕੁੱਤੇ ਬਿੱਲਿਆਂ ਤੋਂ ਟੈਕਸ ਸ਼ੁਰੂ ਹੋ ਜਾਂਦੇ ਨੇ ਤੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਆਮ ਬੰਦੇ ਦੇ ਟੈਕਸ ਨਾ ਲੱਗਦਾ ਹੋਵੇ। ਪਰ ਜਿਹੜੇ ਇਹਨਾਂ ਦੇ ਐਗਰੀਮੈਂਟ ਨੇ ਨੈਸ਼ਨਲ ਹਾਈਵੇ ਅਥਾਰਟੀ ਨਾਲ, ਉਹਨਾਂ ਵਿੱਚ ਟੋਲ ਪਲਾਜ਼ੇ ਵਾਲਿਆਂ ਨੇ ਬਹੁਤ ਸਾਰੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ। ਜਿਹੜਾ ਪੈਸਾ ਲੈਂਦੇ ਨੇ ਉਹਦੇ ਵਿੱਚ ਸਹੂਲਤਾਂ ਨੇ, ਸੜਕ ਦੀ ਮੇਨਟੇਨੈਂਸ ਤਾਂ ਹੈਗੀ ਹੈ, ਉਹ ਤੋਂ ਬਾਅਦ ਲਾਈਟਾਂ ਇਹਨਾਂ ਦੇ ਜਿੱਥੋਂ ਤੱਕ ਦਾ ਏਰੀਆ ਉੱਥੇ ਤੱਕ ਪ੍ਰੋਪਰ ਲਾਈਟਿੰਗ ਹੋਣੀ ਚਾਹੀਦੀ ਹੈ, ਪ੍ਰੋਪਰ ਐਂਬੂਲੈਂਸ ਜਿਹੜੀ ਹੈ ਉਹ ਚੱਲਣੀ ਚਾਹੀਦੀ ਹੈ, ਕਰੇਨ ਹੋਣੀ ਚਾਹੀਦੀ ਹੈ ਅਤੇ ਡਸਟਬਿਨ ਵਗੈਰਾ ਲੱਗਣੇ ਚਾਹੀਦੇ ਨੇ ਅਤੇ ਬਕਾਇਦਾ ਤੌਰ 'ਤੇ ਬੋਰਡ ਲੱਗੇ ਹੋਣੇ ਚਾਹੀਦੇ ਨੇ ਕਿ ਕਿਹਨੂੰ ਮਾਫ਼ ਹੈ। ਸਹੂਲਤ ਤਾਂ ਕੋਈ ਨਹੀਂ, ਬਸ ਸਿਰਫ ਇੱਕ ਚੁੰਗੀ ਲੱਗੀ ਹੋਈ ਹੈ ਵੀ ਜਿਹੜਾ ਜਿਹੜਾ ਵੀ ਮਰਜ਼ੀ ਲੰਘੇ ਇੱਥੇ ਉਹਨੂੰ ਪੈਸੇ ਲੈ ਕੇ ਜਾਣੇ ਪੈਣਾ ਆ। ਜਿਹੜੀ ਦੇ ਸ਼ਰਤਾਂ ਨੇ ਉਸ ਹਿਸਾਬ ਨਾਲ ਕੁਛ ਨਹੀਂ ਪੂਰੇ ਕਰਦੇ। ਲਾਈਟਾਂ ਨੇ ਜੀ, ਲਾਈਟਾਂ ਇੱਥੇ ਕਿਤੇ ਨਹੀਂ ਲੱਗੀਆਂ ਪਈਆਂ, ਸਿਰਫ ਜਿਹੜਾ ਟੀ ਪੁਆਇੰਟ ਬਰਨ ਵਾਲਾ ਟੀ ਪੁਆਇੰਟ ਵਾਲਾ ਪੁਲ ਹੈ ਉੱਥੇ ਲਾਈਟਾਂ ਲੱਗੀਆਂ ਹੋਈਆਂ ਨੇ। ਧਨੌਲੇ ਦੇ ਨਾਲ ਇੱਕ ਬਾਈਪਾਸ ਤੋਂ ਪੁਲ ਜਾਂਦਾ ਆ, ਉੱਥੇ ਬਿਲਕੁਲ ਕੋਈ ਲਾਈਟ ਨਹੀਂ ਲੱਗੀ ਹੋਈ। ਉੱਥੇ ਦੋ ਤਿੰਨ ਵਾਰ ਉੱਥੇ ਭਿਆਨਕ ਹਾਦਸੇ ਵੀ ਹੋ ਗਏ, ਐਕਸੀਡੈਂਟ ਵੀ ਹੋ ਗਏ। ਇੱਕ ਆਪਾਂ ਧਨੌਲੇ 'ਚ ਐਂਟਰ ਕਰਦੇ ਹਾਂ ਉਦੋਂ ਪੁਲ ਆਉਂਦਾ ਆ, ਉੱਥੇ ਵੀ ਲਾਈਟਾਂ ਨਹੀਂ ਲੱਗੀਆਂ ਹੋਈਆਂ। ਹਲੇ ਪਿਛਲੇ ਹਫ਼ਤੇ ਦੀ ਗੱਲ, ਇੱਕ ਨੌਜਵਾਨ ਮੁੰਡੇ ਦੀ ਉੱਥੇ ਮੌਤ ਵੀ ਹੋ ਗਈ ਸੀ, ਪਰ ਇਹ ਕੋਈ ਸਬਕ ਨਹੀਂ ਲੈ ਰਹੇ ਜੀ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।